ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਅਤੇ ਮੈਂ ਹਾਂ ਗਗਨਦੀਪ ਸਿੰਘ। ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਹੁਣ ਪੰਜਾਬ ਸਰਕਾਰ ਦੇ ਹੁਕਮਾਂ ਦੇ ਤਹਿਤ ਫ੍ਰੀ ਦਵਾਈਆਂ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਨੇ। ਦੱਸ ਦਿੰਦੇ ਹਾਂ ਕਿ ਪੰਜਾਬ ਸਰਕਾਰ ਦੇ ਵੱਲੋਂ 26 ਜਨਵਰੀ ਦੇ ਵਾਲੇ ਦਿਨ ਐਲਾਨ ਕੀਤਾ ਗਿਆ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਦੇ ਜਿੰਨੇ ਵੀ ਸਰਕਾਰੀ ਹਸਪਤਾਲ ਨੇ ਉਹਨਾਂ ਦੇ ਵਿੱਚ ਫ੍ਰੀ ਦਵਾਈਆਂ ਮਿਲਿਆ ਕਰਨਗੀਆਂ। ਅਕਸਰ ਹੀ ਵੇਖਿਆ ਜਾਂਦਾ ਸੀ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਪਰਚੀ ਬਣਾ ਕੇ ਦੇ ਦਿੱਤੀ ਜਾਂਦੀ ਸੀ ਕਿ ਇਹ ਦਵਾਈਆਂ ਹਸਪਤਾਲ ਦੇ ਵਿੱਚ ਮੌਜੂਦ ਨਹੀਂ ਹਨ, ਸੋ ਬਾਹਰੋਂ ਖਰੀਦ ਲਈਆਂ ਜਾਣ, ਪਰ ਕਿਤੇ ਨਾ ਕਿਤੇ ਦਵਾਈਆਂ ਮਹਿੰਗੀਆਂ ਹੋਣ ਦੇ ਕਾਰਨ ਲੋਕ ਉਹ ਦਵਾਈਆਂ ਲੈਣ ਤੋਂ ਅਸਮਰੱਥ ਰਹਿ ਜਾਂਦੇ ਸਨ। ਸੋ ਇਹ ਵੱਡਾ ਉਪਰਾਲਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਐਲਾਨ ਕੀਤਾ ਸੀ ਕਿ ਹੁਣ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਫ੍ਰੀ ਦਵਾਈਆਂ ਮਿਲਿਆ ਕਰਨਗੀਆਂ। ਸੋ ਧੂਰੀ ਦੇ ਹਸਪਤਾਲ ਦੇ ਵਿੱਚ ਵੀ ਹੁਣ ਫ੍ਰੀ ਦਵਾਈਆਂ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਨੇ। ਇਸ ਦੌਰਾਨ ਲੋਕਾਂ ਦੇ ਵਿੱਚ ਵੀ ਕਾਫੀ ਖੁਸ਼ੀ ਦੀ ਲਹਿਰ ਵੇਖੀ ਜਾ ਰਹੀ ਹੈ। ਕੀ ਕਹਿੰਦੇ ਨੇ ਲੋਕ ਇਸ ਬਾਰੇ, ਆਓ ਸੁਣਦੇ ਹਾਂ ਲੋਕਾਂ ਦੀ ਜ਼ੁਬਾਨੀ। ਸਾਡੇ ਨਾਲ ਜੁੜੇ ਨੇ ਸੀਨੀਅਰ ਡਾਕਟਰ, ਅਸੀਂ ਉਹਨਾਂ ਨੂੰ ਗੱਲ ਕਰਦੇ ਹਾਂ ਕਿ ਧੂਰੀ ਸਿਵਲ ਹਸਪਤਾਲ ਦੇ ਵਿੱਚ ਜੋ ਦਵਾਈਆਂ ਨਿਕਲ ਜਾਂਦੀਆਂ ਨੇ ਬਾਹਰੋਂ ਹੀ ਲਿਖੇ ਜਾਂਦੇ ਨੇ ਜਾਂ ਅੰਦਰ ਹੀ ਸਿਵਲ ਹਸਪਤਾਲ ਦੀ ਦਿੱਤੀਆਂ ਨੇ, ਡਾਕਟਰ ਸਾਹਿਬ ਕੀ ਕਹਿਣਾ? ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਕਿਸੇ ਵੀ ਵਿਅਕਤੀ ਨੂੰ ਜਿਹੜੀ ਦਵਾਈ ਆ ਉਹ ਬਾਹਰ ਨਹੀਂ ਦਿੱਤੀ ਜਾਣੀ, ਸਰਕਾਰੀ ਹਸਪਤਾਲ ਦੇ ਵਿੱਚ ਹੀ ਦਿੱਤੀ ਜਾਣੀ ਹੈ। ਕੀ ਕਹਿਣਾ? ਦੇਖੋ, ਜੋ ਪਹਿਲੇ ਮੈਡੀਸਨ ਅੰਦਰ ਅਵੇਲੇਬਲ ਸੀ, ਪਹਿਲੇ ਵੀ ਅਸੀਂ ਅੰਦਰੋਂ ਹੀ ਦੇਖਦੇ ਸੀ ਸਾਰੀ ਮੈਡੀਸਨਸ, ਪਰ ਹੁਣ ਜਦੋਂ ਉਹਨਾਂ ਨੇ ਐਲਾਨ ਕੀਤਾ ਥੋੜ੍ਹੀ ਮੈਡੀਸਨ ਸਾਡੇ ਲਈ ਹੋਰ ਵੀ ਜਿਹੜੀ ਪਹਿਲੇ ਬਾਹਰ ਅਵੇਲੇਬਲ ਸੀ ਉਹ ਅੰਦਰ ਪਰਚੇਜ਼ ਕਰਨੀ ਹੈ। ਸੋ ਹੁਣ ਤਾਂ ਬਿਲਕੁਲ ਹੀ ਕੋਈ ਵੀ ਦਵਾਈ ਕਿਸੇ ਨੂੰ ਵੀ ਬਾਹਰੋਂ ਨਹੀਂ ਦਿੱਤੀ ਜਾਂਦੀ, ਜਿੰਨੀ ਵੀ ਮੈਡੀਸਨ ਹੈ, ਚਾਹੇ ਕਿਸੇ ਵੀ ਤਰ੍ਹਾਂ ਦੀ ਉਹਨੂੰ ਪ੍ਰੋਬਲਮ ਹੈ, ਪੇਸ਼ੈਂਟ ਨੂੰ ਔਰਥੋ ਦੀ ਪ੍ਰੋਬਲਮ ਹੈ, ਈ ਐਮ ਟੀ ਦੀ ਪ੍ਰੋਬਲਮ ਹੈ, ਗਾਈਨ ਦੀ ਪ੍ਰੋਬਲਮ ਹੈ, ਮੈਡੀਸਨ ਦੀ ਪ੍ਰੋਬਲਮ ਹੈ, ਉਹਦੀ ਮੈਡੀਸਨ ਸਾਰੀ ਅੰਦਰ ਅਵੇਲੇਬਲ ਹੈ। ਡਾਕਟਰ ਸਾਹਿਬ ਗੱਲ ਕੀਤੀ ਆ ਵੀ ਡਾਕਟਰਾਂ ਦੀ ਸਟਾਫ ਦੀ, ਪੂਰੀ ਸਰਕਾਰੀ ਹਸਪਤਾਲ ਦੇ ਵਿੱਚ ਕਿੰਨੇ ਡਾਕਟਰ ਨੇ, ਕਿੰਨੇ ਡਾਕਟਰਾਂ ਦੀ ਕਮੀ ਹੈ ਤਾਂ ਜੋ ਸਰਕਾਰ ਤੱਕ ਪਹੁੰਚਾਇਆ ਜਾਵੇ ਤਾਂ ਸਿਵਲ ਹਸਪਤਾਲ ਧੂਰੀ ਦੇ ਵਿੱਚ ਡਾਕਟਰਾਂ ਦੀ ਕਮੀ ਆ ਪੂਰੀ ਕੀਤੀ ਜਾ ਸਕੇ? ਇੱਥੇ ਦੇਖੋ, ਫਿਲਹਾਲ ਸਾਰੇ ਕੋਲ ਸਾਰੀ ਸਪੈਸ਼ਲਿਟੀ ਦੇ ਡਾਕਟਰ ਅਵੇਲੇਬਲ ਨੇ, ਪਰ ਜਿਹੜੀ ਓਪਰੇਸ਼ਨ ਜਿਹਨੂੰ ਆਪਾਂ ਸਰਜਨਸ ਕਹਿੰਦੇ ਹਾਂ, ਐਵੇਂ ਸਰਜਰੀ ਦੇ ਡਾਕਟਰ ਇੱਥੇ ਨਹੀਂ ਹੁੰਦੇ, ਜਿਹਦੇ ਕਰਕੇ ਥੋੜ੍ਹੀ ਬਹੁਤ ਦਿੱਕਤ ਆਉਂਦੀ ਹੈ ਪੇਸ਼ੈਂਟਸ ਨੂੰ। ਜੇ ਕੋਈ ਓਪਰੇਸ਼ਨ ਵਾਲਾ ਪੇਸ਼ੈਂਟ ਆ ਤਾਂ ਉਹਨੂੰ ਸੰਗਰੂਰ ਚੜ੍ਹ ਕੇ ਜਾਂ ਪਟਿਆਲੇ ਜਾ ਕੇ ਓਪਰੇਸ਼ਨ ਕਰਾਉਣਾ ਪੈਂਦਾ, ਅਦਰਵਾਈਜ਼ ਬਾਕੀ ਸਾਰੇ ਡਾਕਟਰ ਇੱਥੇ ਅਵੇਲੇਬਲ ਨੇ। ਡਾਕਟਰ ਸਾਹਿਬ ਮੈਨੂੰ ਭੇਜਣਾ ਡਾਕਟਰਾਂ ਦੀ ਕਮੀ ਹੈ ਕਿ ਉਸ ਬਾਰੇ ਸਰਕਾਰ ਨੂੰ ਜਾਂ ਉੱਚ ਅਧਿਕਾਰੀ ਨੂੰ ਲਿਖ ਕੇ ਭੇਜ ਦਿੱਤਾ ਗਿਆ? ਹਾਂਜੀ, ਅਸੀਂ ਆਪਣੇ ਰਿਸਪੈਕਟਿਡ ਸਿਵਲ ਸਰਜਨ ਐਚ ਐਮ ਸਰ ਨੂੰ, ਸੀ ਐਮ ਸਰ ਨੂੰ, ਸਾਰਿਆਂ ਨੂੰ ਡਾਇਰੈਕਟ ਤੱਕ ਆਪਾਂ ਭੇਜਿਆ ਹੋਇਆ ਕਿ ਸਾਨੂੰ ਜਿਹੜੇ ਸਰਜਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਇਹ ਸਨ ਸੀਨੀਅਰ ਡਾਕਟਰ ਜਿਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਤੋਂ ਅਪੀਲ ਕਰਦੇ ਹਾਂ ਕਿ ਦੂਜੇ ਸਿਵਲ ਹਸਪਤਾਲ ਦੇ ਵਿੱਚ ਇੱਕ ਸਰਜਨ ਡਾਕਟਰ ਦੀ ਕਮੀ ਹੈ, ਉਸ ਨੂੰ ਜਿਹੜੀ ਕਮੀ ਆ ਉਸ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਮੁਸ਼ਕਲ ਵਗੈਰਾ ਨਾ ਆ ਸਕੇ। ਕੈਮਰਾ ਪਰਸਨ ਵਾਸਤੂ ਕਰ ਦਿੰਦਾ ਦੂਰੀ ਪੰਜਾਬ।